ਹਰਿਆਣਾ ਚੋਣਾਂ ਲਈ ਵੋਟਿੰਗ ਤਰੀਕ ਬਦਲ ਸਕਦੀ ਹੈ। ਚੋਣ ਕਮਿਸ਼ਨ ਇਸ ਬਾਬਤ ਮੰਥਨ ਕਰੇਗਾ ਤੇ ਭਲਕੇ ਨਵੀਆਂ ਤਰੀਕਾਂ ਦਾ ਐਲਾਨ ਹੋ ਸਕਦਾ ਹੈ। 7 ਤੇ 8 ਅਕਤੂਬਰ ਨੂੰ ਚੋਣਾਂ ਹੋ ਸਕਦੀਆਂ ਨੇ। ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਜਪਾ, ਇਨੈਲਡੋ ਤੇ ਬਿਸ਼ਨੋਈ ਸਮਾਜ ਵੱਲੋਂ ਚੋਣ ਤਰੀਕਾਂ ਬਦਲਣ ਦੀ ਮੰਗ ਕੀਤੀ ਗਈ ਸੀ ਅਤੇ ਆਖਿਆ ਗਿਆ ਸੀ ਕਿ ਇਸ ਵਿਚਕਾਲੇ ਅੱਗੇ ਅਤੇ ਪਿੱਛੇ ਬਹੁਤ ਸਾਰੀਆਂ ਛੁੱਟੀਆਂ ਆਉਣ ਵਾਲੀਆਂ ਨੇ, ਜਿਸ ਕਰਕੇ ਹੁੰਦਾ ਹੈ ਕਿ ਛੁੱਟੀਆਂ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਬਹੁਤ ਸਾਰੇ ਲੋਕ ਆਪਣੇ ਘਰ ਤੋਂ ਚਲੇ ਜਾਂਦੇ ਹਨ ਜਾਂ ਫਿਰ ਛੁੱਟੀਆਂ ਕੱਟਣ ਲਈ ਚਲੇ ਜਾਂਦੇ ਹਨ, ਜਿਸ ਦਾ ਅਸਰ ਸਿੱਧੇ ਤੌਰ 'ਤੇ ਚੋਣਾਂ 'ਤੇ ਪਵੇਗਾ। ਇਸ ਕਰਕੇ ਅਪੀਲ ਕੀਤੀ ਹੈ ਕਿ 7 ਅਤੇ 8 ਅਕਤੂਬਰ ਨੂੰ ਹਰਿਆਣਾ ਚੋਣਾਂ ਹੋਣੀਆਂ ਚਾਹੀਦੀਆਂ। ਭਾਜਪਾ, ਇਨੈਲਡੋ ਅਤੇ ਬਿਸ਼ਨੋਈ ਸਮਾਜ ਨੇ ਚੋਣ ਤਰੀਕਾ ਬਦਲਣ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦਈਏ, ਚੋਣ ਕਮਿਸ਼ਨ ਇਸ ਬਾਬਤ ਅੱਜ ਮੰਥਨ ਕਰਨ ਜਾਵੇਗਾ ਤੇ ਫਿਰ ਭਲਕੇ ਇਸ ਬਾਬਤ ਐਲਾਨ ਵੀ ਹੋ ਜਾਵੇਗਾ। ਤਾਂ ਚੋਣ ਕਮਿਸ਼ਨ ਅੱਜ ਇਸ 'ਤੇ ਮੰਥਨ ਕਰੇਗਾ ਤਾਂ ਫਿਰ ਕੀ ਤਰੀਕਾਂ ਬਦਲੀਆਂ ਜਾਣਗੀਆਂ ਜਾਂ ਫਿਰ ਨਹੀਂ, ਇਸ 'ਤੇ ਜ਼ਰੂਰ ਨਜ਼ਰ ਬਣੀ ਰਹੇਗੀ। ਪਰ ਹਾਂ, ਇਹ ਜ਼ਰੂਰ ਹੈ ਕਿ ਕਿਉਂਕਿ ਅਸਰ ਬਹੁਤ ਵਾਰ ਦੇਖਣ ਨੂੰ ਮਿਲਦਾ ਹੈ ਜਦੋਂ ਖਾਸ ਤੌਰ 'ਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਜਾਂ ਫਿਰ ਜਦੋਂ ਬਹੁਤ ਵਾਰ ਵੀਕਐਂਡ ਆ ਜਾਂਦੇ ਨੇ ਤਾਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਘਰ ਤੋਂ ਦੂਸਰੇ ਕਿਸੇ ਸ਼ਹਿਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ, ਤਿਉਹਾਰ ਮਨਾਉਣ ਲਈ ਚਲੇ ਜਾਂਦੇ ਹਨ। ਤਾਂ ਇਹਨਾਂ ਕਾਰਨਾਂ ਕਰਕੇ ਵੋਟਿੰਗ ਪ੍ਰਭਾਵਿਤ ਹੋ ਸਕਦੀ ਹੈ, ਵੋਟ ਰੇਸ਼ੋ 'ਤੇ ਅਸਰ ਪੈ ਸਕਦਾ। ਇਸ ਮਕਸਦ ਦੇ ਨਾਲ ਅਪੀਲ ਕੀਤੀ ਗਈ ਸੀ ਇਨੈਲਡੋ ਵੱਲੋਂ, ਭਾਜਪਾ ਵੱਲੋਂ, ਬਿਸ਼ਨੋਈ ਸਮਾਜ ਵੱਲੋਂ ਕਿ ਤਰੀਕਾਂ ਬਦਲੀਆਂ ਜਾਣ। ਤਰੀਕਾਂ ਬਦਲਣ ਦਾ ਐਲਾਨ ਕੀਤਾ ਗਿਆ, ਚੋਣ ਤਰੀਕ ਬਦਲਣ ਦੀ ਮੰਗ ਕੀਤੀ ਗਈ ਹੈ। ਅੱਜ ਇਲੈਕਸ਼ਨ ਕਮਿਸ਼ਨ ਵੱਲੋਂ ਇਸ ਬਾਬਤ ਅੱਜ ਮੰਥਨ ਕੀਤਾ ਜਾਵੇਗਾ ਤੇ ਹੋ ਸਕਦਾ ਹੈ ਅੱਜ ਐਲਾਨ ਹੋ ਜਾਵੇ, ਪਰ ਦੱਸਿਆ ਜਾ ਰਿਹਾ ਕਿ ਕੱਲ੍ਹ ਤੱਕ ਤਾਂ ਐਲਾਨ ਕਰ ਹੀ ਦਿੱਤਾ ਜਾਵੇਗਾ। 7 ਤੇ 8 ਅਕਤੂਬਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਦੇ ਵਿੱਚ ਵੋਟਿੰਗ ਹੋ ਸਕਦੀ ਹੈ। ਤਾਂ ਹਰਿਆਣਾ ਚੋਣਾਂ ਨੂੰ ਲੈ ਕੇ ਤਮਾਮ ਦਿੱਗਜ ਲੱਗੇ ਹੋਏ ਨੇ, ਚੋਣ ਪ੍ਰਚਾਰ ਜਾਰੀ ਹੈ। ਵੱਖ ਵੱਖ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦਾ ਨਾਂ ਹੌਲੀ ਹੌਲੀ ਐਲਾਨਿਆ ਵੀ ਜਾ ਰਿਹਾ, ਲਿਸਟਾਂ ਜਾਰੀ ਕੀਤੀਆਂ ਜਾ ਰਹੀਆਂ ਨੇ, ਰੈਲੀਆਂ ਜਾਰੀ ਨੇ, ਪ੍ਰੈਸ ਕਾਨਫਰੰਸ ਜਾਰੀ ਨੇ। ਤਾਂ ਤਮਾਮ ਪਾਰਟੀਆਂ, ਭਾਜਪਾ ਹੋਵੇ, ਇਨੈਲਡੋ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਹੀ ਕਿਉਂ ਨਾ ਹੋਵੇ, ਤਾਂ ਉਹਨਾਂ ਦੇ ਵੱਲੋਂ ਲਗਾਤਾਰ ਚੋਣ ਪ੍ਰਚਾਰ ਵਿੱਚ ਪ੍ਰਚਾਰ ਕੀਤਾ ਜਾ ਰਿਹਾ। ਤਾਂ ਇਸ ਸਭ ਵਿਚਕਾਰ ਛੁੱਟੀਆਂ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਤਰੀਕ ਬਦਲਣ ਦੀ ਮੰਗ ਕੀਤੀ ਗਈ ਹੈ। ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਇਸ 'ਤੇ ਮੰਥਨ ਕਰੇ। ਹਰਸਿਮਰਤ ਬਣੇ ਹੋਏ ਨੇ ਸਾਡੇ ਨਾਲ ਇਸੇ ਖਬਰ 'ਤੇ। ਹਰਸਿਮਰਤ, ਜ਼ਾਹਿਰ ਜਿਹੀ ਗੱਲ ਹੈ, ਬਹੁਤ ਵਾਰ ਹੁੰਦਾ ਜਦੋਂ ਵੀਕਐਂਡਸ ਆ ਜਾਣ ਜਾਂ ਫਿਰ ਛੁੱਟੀਆਂ ਦਾ ਦਿਨ ਆ ਜਾਣ, ਤਿਉਹਾਰ ਆ ਜਾਣ, ਤਾਂ ਬਹੁਤ ਵਾਰ ਲੋਕ ਆਪਣੇ ਘਰ ਤੋਂ ਦੂਸਰੇ ਘਰ ਚਲੇ ਜਾਂਦੇ ਨੇ। ਤਾਂ ਇਲੈਕਸ਼ਨ ਕਮਿਸ਼ਨ ਨੂੰ ਇਸੇ ਬਾਬਤ ਮੰਗ ਕੀਤੀ ਗਈ ਸੀ। ਕੀ ਦੱਸਿਆ ਜਾ ਰਿਹਾ, ਕਦੋਂ ਮੰਥਨ ਕੀਤਾ ਜਾਵੇਗਾ, ਕਿ ਅੱਜ ਵਿਚਾਰ ਤੇ ਫੈਸਲਾ ਦਿੱਤਾ ਜਾਵੇਗਾ ਜਾਂ ਫਿਰ ਨਹੀਂ? ਜੀ ਬਿਲਕੁਲ, ਮੈਂ ਕਾਫੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਤਰੀਕ ਨੂੰ ਲੈ ਕੇ ਅੱਜ ਜਿਹੜਾ ਫੈਸਲਾ ਉਹ ਹੋ ਸਕਦਾ। ਇਸ ਮਾਮਲੇ ਦੇ ਵਿੱਚ ਚੋਣ ਆਯੋਗ ਦੇ ਵੱਲੋਂ ਅੱਜ ਦਿੱਲੀ ਦੇ ਵਿੱਚ ਬੈਠਕ ਬੁਲਾਈ ਗਈ ਹੈ। ਤੁਹਾਨੂੰ ਆਹ ਵੀ ਦੱਸ ਦਿੰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਯਾਨੀ ਕਿ ਇਨੈਲੋ ਦੇ ਵੱਲੋਂ ਚੁਣਾਵ ਆਯੋਗ ਨੂੰ ਚਿੱਠੀ ਭੇਜ ਕੇ ਕਿਹਾ ਗਿਆ ਸੀ ਕਿ ਛੁੱਟੀਆਂ ਤੇ ਵਿਸ਼ਨੋਈ ਸਮਾਜ ਦਾ ਇੱਕ ਧਾਰਮਿਕ ਸਮਾਗਮ ਹੈ ਤੇ ਇਹ ਸਾਰਾ ਜਿਹੜਾ ਹੈ ਕਾਫੀ ਪ੍ਰਭਾਵ ਰੱਖਦਾ ਹੈ ਹਰਿਆਣਾ ਦੇ ਵਿੱਚ, ਤੇ ਅਜਿਹੇ ਵਿੱਚ ਜਿਹੜੀਆਂ ਚੋਣਾਂ ਨੇ ਇਹਨਾਂ ਦਾ ਜਿਹੜਾ ਸਮਾਂ ਹੈ ਉਹ ਅੱਗੇ ਕਰ ਦੇਣਾ ਚਾਹੀਦਾ, ਯਾਨੀ ਕਿ ਤਰੀਕ ਬਦਲ ਦੇਣ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਤਰੀਕ ਕੀ ਹੋ ਸਕਦੀ ਹੈ ਇਸ ਦੇ ਬਾਰੇ ਕਿਆਸ ਲਗਾਏ ਜਾ ਰਹੇ ਨੇ ਕਿ ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਕਿ ਵੋਟਿੰਗ ਹੈ ਜਿਹੜੀ 1 ਅਕਤੂਬਰ ਨੂੰ ਹੋ ਸਕਦੀ ਹੈ, ਇਸ ਲਈ 6 ਦਿਨ ਪਹਿਲਾਂ ਯਾਨੀ ਕਿ ਜਦੋਂ ਲਗਾਤਾਰ ਛੁੱਟੀਆਂ ਨੇ ਉਹਨਾਂ ਤੋਂ ਜਾਂ ਤਾਂ ਪਹਿਲਾਂ ਕਰ ਲਿੱਤਾ ਜਾਵੇ ਜਾਂ ਫਿਰ 6 ਦਿਨ ਤੋਂ ਬਾਅਦ ਯਾਨੀ ਕਿ ਜਦੋਂ ਛੁੱਟੀਆਂ ਮੁੱਕਦੀਆਂ ਨੇ ਉਸ ਤੋਂ ਬਾਅਦ ਨਵੀਂ ਤਰੀਕ ਤੈਅ ਕਰ ਦਿੱਤੀ ਜਾਵੇ, ਤੇ ਆਯੋਗ ਅਜਿਹਾ ਕਰ ਵੀ ਸਕਦਾ ਯਾਨੀ ਕਿ ਇਹਦੇ ਤੇ ਵਿਚਾਰ ਹੋ ਵੀ ਸਕਦਾ। ਤੁਹਾਨੂੰ ਆਹ ਵੀ ਦੱਸ ਦਿੰਦੇ ਹਾਂ 6 ਦਿਨ ਪਹਿਲਾਂ ਯਾਨੀ ਕਿ 25 ਸਤੰਬਰ ਨੂੰ ਵੋਟਿੰਗ ਦੇ ਲਈ ਕਿਹਾ ਜਾ ਰਿਹਾ ਹੈ ਕਿ
ਇਸ ਦਿਨ ਜੰਮੂ ਕਸ਼ਮੀਰ ਦੇ ਵਿੱਚ ਦੂਜੇ ਚਰਨ ਦਾ ਮਤਦਾਨ ਹੋਣਾ। ਅਜਿਹੇ ਵਿੱਚ ਆਯੋਗ ਨੂੰ ਜਿਹੜੀ ਵੋਟਿੰਗ ਦੀ ਤਰੀਕ 1 ਅਕਤੂਬਰ ਨੂੰ ਨਹੀਂ ਵਧਾਉਣਾ ਪਏਗਾ। ਅਗਰ ਅਜਿਹਾ ਨਹੀਂ ਹੁੰਦਾ ਤਾਂ ਵੋਟਿੰਗ 7 ਤੇ 8 ਅਕਤੂਬਰ ਨੂੰ ਕਰਾਈ ਜਾ ਸਕਦੀ ਹੈ, ਪਰ ਅਜਿਹਾ ਹੋਣ ਤੇ ਜੰਮੂ ਕਸ਼ਮੀਰ ਦੀ ਵੀ ਸ਼ਾਇਦ ਤਰੀਕ ਬਦਲਣੀ ਪੈ ਸਕਦੀ ਹੈ, ਕਿਉਂਕਿ ਜੰਮੂ ਕਸ਼ਮੀਰ ਅਤੇ ਹਰਿਆਣਾ ਦੀ ਜਿਹੜੀ ਗਿਣਤੀ ਹੋਣੀ ਹੈ ਵੋਟਾਂ ਦੀ, ਉਹ ਇਕੱਠੀ ਯਾਨੀ ਕਿ 4 ਅਕਤੂਬਰ ਨੂੰ ਹੀ ਰੱਖੀ ਗਈ ਆ। ਅਜਿਹੇ ਵਿੱਚ ਤੁਹਾਨੂੰ ਆਹ ਵੀ ਦੱਸ ਦਿੰਦੇ ਹਾਂ ਕਿ ਇਸ ਨੂੰ ਦੇਖਦੇ ਹੋਏ ਕਾਂਗਰਸ ਨੇ ਜਿਹੜੀ ਅੱਜ ਸਕ੍ਰੀਨਿੰਗ ਕਮੇਟੀ ਦੀ ਮੀਟਿੰਗ ਰੱਖੀ ਸੀ ਉਹ ਵੀ ਟਾਲ ਦਿੱਤੀ ਸੀ, ਤੇ ਹੁਣ ਫਿਲਹਾਲ ਜਿਹੜਾ ਸਾਰਾ ਮਾਮਲਾ ਹੈ ਉਹ ਚੁਣਾਵ ਆਯੋਗ ਦੇ ਕੋਲ ਹੈ ਤੇ ਗੇਂਦ ਇਸ ਵੇਲੇ ਚੁਣਾਵ ਆਯੋਗ ਦੇ ਪਾਸੇ ਹੈ। ਹੁਣ ਦੇਖਣਾ ਹੋਵੇਗਾ ਕਿ ਆਯੋਗ ਇਸ ਮਾਮਲੇ 'ਚ ਕੀ ਫੈਸਲਾ ਲੈਂਦਾ। ਠੀਕ ਹੈ ਹਰਸਿਮਰਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਤਮਾਮ ਜਾਣਕਾਰੀ ਦੇ ਲਈ। ਤਾਂ ਇਹ ਜ਼ਰੂਰ ਕੈਸਟਰੀਆਂ ਲੱਗੀਆਂ ਜਾ ਰਹੀਆਂ ਨੇ ਕਿ ਜਲਦ ਹੀ ਇਹਨਾਂ ਤਰੀਕਾਂ ਦਾ ਐਲਾਨ ਹੋ ਜਾਵੇਗਾ ਤੇ ਇਸ ਬਾਬਤ ਦਾ ਚੋਣ ਕਮਿਸ਼ਨ ਦੇ ਵੱਲੋਂ ਮੰਥਨ ਕੀਤਾ ਜਾਵੇਗਾ। ਵਿਚਾਰ ਤੇ ਫੈਸਲਾ ਕਦੋਂ ਆਉਂਦਾ ਹੈ ਇਸ 'ਤੇ ਵੀ ਨਜ਼ਰ ਬਣੀ ਰਹੇਗੀ।